ਸਲਾਮ ਅਲੈਕਮ ਕਿਵੇਂ ਹੋ ਸਭ ਲੋਕ ਮੇਰੀਆਂ ਬੱਚੀਆਂ ਮੇਰੀਆਂ ਪੈਣਾ ਮੇਰੇ ਬੱਚੇ ਮੇਰੇ ਭਾਈ ਸਭ ਠੀਕ ਠਾਕ ਨੇ ਅਸੀਂ ਨਾ ਅੱਜ ਇਹ ਕਰੇਲਿਆਂ ਦੀ ਸਬਜ਼ੀ ਬਣਾ ਰਹੇ ਆ ਤੇ ਪਹਿਲੇ ਕਰੇਲੇ ਪਏ ਇਹ ਜਿਹੜੇ ਨੇ ਪਿਆਜ਼ ਇਹ ਭੁੰਨ ਕੇ ਤੇ ਥੋੜਾ ਸਾਰਾ ਔਇਲ ਡਾਲ ਲਿਆ ਸੀ ਤੇ ਇਹਨਾਂ ਨੂੰ ਭੁੰਨ ਲਿਆ ਤੇ ਇਹਨਾਂ ਦੇ ਤੇ ਕਰੇਲੇ ਬੜੀ ਅੱਛੀ ਚੀਜ਼ ਹੈ ਇਹ ਸ਼ੂਗਰ ਵਾਲੇ ਮਰੀਜ਼ ਜਿਹੜੇ ਨੇ ਤੇ ਉਹਨੂੰ ਵੀ ਵੈਸੇ ਵੀ ਖਾਓ ਤੇ ਬੜੇ ਅੱਛੇ ਨੇ ਹਾਂ ਬਹੁਤ ਅੱਛੀ ਚੀਜ਼ ਹੈ ਸਬਜ਼ੀ ਜਿਹੜੀ ਕarele ਨੇ ਇਹ ਤੇ ਬਹੁਤ ਅੱਛਾ ਮਤਲਬ ਅੱਜ ਕੱਲ੍ਹ ਗਰਮੀਆਂ ਨੇ ਅੱਜ ਕੱਲ੍ਹ ਤੇ ਬਹੁਤ ਜ਼ਿਆਦਾ ਕarele ਢਿੰਡੇ ਹੋ ਗਏ ਕarele ਹੋ ਗਏ ਭਿੰਡੀ ਹੋ ਗਈ ਐ ਚੀਜ਼ਾਂ ਦਾ ਮੌਸਮ ਹੈ ਤੇ ਇਹ ਹੁਣ ਮੈਂ ਪੀ ਨਮਕ ਪਾਣੀ ਆ ਇੱਕ ਚਮਚਾ ਨਮਕ ਦਾ ਤੇ ਕਰੀਲੇ ਜਿਹੜੇ ਨੇ ਨਾ ਇਹ ਸ਼ੂਗਰ ਵਾਸਤੇ ਬਹੁਤ ਅੱਛੇ ਨੇ ਵੈਸੇ ਤੋਂ ਖਾਣੇ ਚਾਹੀਦੇ ਨੇ ਕੌੜੇ ਤੇ ਪਿਆਜ਼ ਪਾਈ ਤੇ ਉਹਨਾਂ ਨਾਲ ਜ਼ਰਾ ਥੋੜੇ ਜਿਹਾ ਨਾ ਹੋ ਜਾਂਦੇ ਨੇ ਕਰੇਲਿਆਂ ਦੀ ਕਰ ਉਸ ਜਿਹੜੀ ਹੈ ਨਾ ਥੋੜੀ ਥੋੜੀ ਜੀ ਖਤਮ ਹੋ ਜਾਂਦੀ ਹੈ ਤੇ ਵੈਸੇ ਉਹ ਜਿਹੜੇ ਥੋੜੇ ਕੌੜੇ ਖਾਣੇ ਚਾਹੀਦੇ ਨੇ ਕੌੜੇ ਜਿਹੜੇ ਨੇ ਉਹ ਅੱਛੇ ਹੁੰਦੇ ਨੇ ਤੇ ਕਰੇਲਿਆਂ ਦੀ ਸਬਜ਼ੀ ਜਿਹੜੀ ਇਹ ਬੜੀ ਅੱਛੀ ਹੁੰਦੀ ਹੈ ਮੈਂ ਵੀ ਪਹਿਲਾਂ ਪਹਿਲਾਂ ਨਹੀਂ ਖਾਦੀ ਨਹੀਂ ਕੌੜੇ ਲੱਗਦੇ ਨੇ ਸਣ ਲੇਕਿਨ ਹੁਣ ਤਾਂ ਬਹੁਤ ਸ਼ੌਕੀ ਬਹੁਤ ਸ਼ੌਕ ਨਾ ਬਨਾਨੀ ਆ ਕਰੇਲੇ ਕਿ ਐ ਵੇਖੋ ਹੁਣ ਹਲਦੀ ਵੀ ਨਾਲ ਪਾ ਦਿੱਤੀ ਏ ਫਿਰ ਲਾਲ ਮਿਰਚੀ ਪਾਊਡਰ ਔਰ ਅੱਗੋ ਦਨੀਆ ਦਨੀਆ ਪਾਊਡਰ ਕਾਲੀ ਮਿਰਚੀ ਔਰ ਦਨੀਆ ਪਾਊਡਰ ਸਾਰੀਆਂ ਚੀਜ਼ਾਂ ਪਾ ਕੇ ਫਿਰ ਇਹਨਾਂ ਨੂੰ ਫਿਰ ਮਿਕਸ ਕਰਨਾ ਹੈ ਮਿਕਸ ਕਰਕੇ ਫਿਰ ਵਿੱਚ ਟਮਾਟਰ ਦੋ ਜਿਹੜੇ ਨੇ ਨਾ ਕੱਟ ਕੇ ਰੱਖੇ ਹੋਏ ਨੇ ਉਹ ਵੀ ਫਿਰ ਇਹਨਾਂ ਨੂੰ ਵਿੱਚ ਪਾਣਾ ਫਿਰ ਇਹ ਦੇਖੋ ਟਮਾਟਰ ਪਾਏ ਨੇ ਤਿੰਨ ਚਾਰ ਮਰਚਾ ਡੜੀਆਂ ਨਾ ਤੇਜ਼ ਵਾਲੀਆਂ ਤੇਜ਼ ਪਾ ਲੋ ਕੋਈ ਵੀ ਪਾ ਲੋ ਕੋਈ ਮਸਲਾ ਨਹੀਂ ਲੇਕਿਨ ਕਟ ਖਾਣੀ ਤੇ ਕਟ ਮਿਰਚੀ ਆਪਣੇ ਸਾਭ ਦੀ ਪਾਓ ਤੇ ਕarele ਜਦੋਂ ਮੈਂ ਇਹਨਾਂ ਨੂੰ ਨਮਕ ਲਾ ਕੇ ਤੇ ਇਹਨਾਂ ਨੂੰ ਮੈਂ ਰੱਖ ਦਿੱਤਾ ਸੀ ਬਿਸ਼ੱਕ ਤੁਸੀਂ ਤੇ ਭੁੰਨ ਕੇ ਤੇ ਫਿਰ ਇਹਦੇ ਵਿੱਚ ਮੈਂ ਇੱਕ ਚਮਚੀ ਪਾਏ ਨੇ ਨਮਕ ਨਮਕ ਇੱਕ ਚਮਚਾ ਪਾਇਆ ਹੈ ਔਰ ਵਿੱਚ ਥੋੜੀ ਸਾਰੀ पा ये हल्दी और साथ साथ में लाल मिर्ची पाउडर और साथ में धनिया पाउडर जीरा नहीं पाया धनिया पाउडर धनिया पाउडर पा के फिर दो टमाटर ले ने, ते वो किते ने ਉਹ ਵਿੱਚ ਪਿਆਜ਼ਾਂ ਦੇ ਪਾ ਦਿੱਤੇ ਨੇ ਤੇ ਲਾਲ ਮਿਰਚੀ ਪਾਊਡਰ ਵੀ ਇੱਕ ਚਮਚਾ ਲਾਲ ਮਿਰਚੀ ਪਾਊਡਰ ਵੀ ਪਾਇਆ ਔਰ ਸਾਥ ਮੇ ਨਾਲ ਇਹ ਕarele ਵੀ ਭੁੰਨੀਆਂ ਤੇ ਕarele علیحدہ ਭੁੰਨੇ ਨੇ ਪਿਆਜ਼ ਤੇ ਟਮਾਟਰ ਤੇ ਉਹ ਜਿਹੜਾ ਮਸਾਲਾ ਹੈ ਉਹ علیحدਾ ਮਿਕਸਚਰ ਬਣਾ ਕੇ ਤੇ ਫਿਰ ਜਦੋਂ ਕarele ਭੁੰਨ ਲੈਣ ਸੜਨਾ ਤੇ ਫਿਰ ਬਾਅਦ ਵਿੱਚ ਮੈਂ ਪਾਏ ਨੇ ਕਰੇਲੇ ਇਸ ਪਿਆਜ਼ਾਂ ਦੇ ਵਿੱਚ ਪਿਆਜ਼ਾਂ ਦੇ ਵਿੱਚ ਫਿਰ ਬਾਅਦ ਚ ਪਾਏ ਨੇ ਕਰੇਲੇ ਕਰੇਲੇ ਵੀ ਪਨ ਗਏ ਸਨ ਅਚੀ ਤਰ੍ਹਾਂ ਤੇ ਪਿਆਜ਼ ਦੀ ਫਿਰ ਇਹਨਾਂ ਦਾ ਬਹੁਤ ਅੱਛਾ ਮਤਲ ਮਸਾਲਾ ਬਣ ਗਿਆ ਸੀ ਤੇ ਫਿਰ ਜਾ ਕੇ ਮੈਂ ਵਿੱਚ ਕਰੇਲੇ ਪਾਏ ਨੇ ਤੇ ਕਰੇਲੇ ਪਾ ਕੇ ਫਿਰ ਕਾਫੀ ਢੇਰ ਮਰਚਾ ਤੁਸੀਂ ਤਿੰਨ ਚਾਰ ਮਰਚਾ ਜਿਹੜੀਆਂ ਲੰਬੇ ਦਾੜੀਆਂ ਕੱਟ ਕੇ ਤੇ ਤੁਸੀਂ ਉਹ ਵਿੱਚ ਪਾੜੀਆਂ ਨੇ ਪਿਆ ਜਾਂਦੇ ਉਹ ਵੀ ਨਾਲ ਨਾਲ ਨਾ ਅ ਮਤਲਬ ਪੌਣ ਕਰਦੇ ਪੋੜ ਜਾਂਦੀ ਆ ਤੇ ਜਰਾ ਜ਼ਾਇਕਾ ਉਹਨਾਂ ਦਾ ਵੀ ਮਿਰਚਾਂ ਦਾ ਹੋਈ ਵਿੱਚ ਨਾ ਇਹ ਹੋ ਜਾਂਦਾ ਕ੍ਰੀਲੇ ਇਕੱਠੇ ਲੈਂਦੇ ਹੋ ਦੇਖੋ ਨਾ ਅਸੀਂ ਤੇ ਹੁਣ ਇੱਥੇ ਰਹਿੰਦੇ ਆ ਸਾਨੂੰ ਪਤਾ ਹੈ ਤੇ ਸਬਜ਼ੀਆਂ ਮਾਰਕੀਟਾਂ ਚ ਘੜੀ ਘੜੀ ਜਾਣਾ ਨਹੀਂ ਪੈਂਦਾ ਵੈਸੇ ਪਾਕਿਸਤਾਨੀ ਮਾਰਕੀਟ ਇੱਥੇ ਵੀ ਹੈ ਤੇ ਅਸੀਂ ਲਿਆ ਕੇ ਤੇ ਮੈਂ ਨਾ ਕੱਟ ਕੇ ਛਿਲਕਾ ਨਹੀਂ ਮੈਂ ਕਦੀ ਲਾਇਆ ਛਿਲਕਾ ਨਾ ਲਾਣਾ ਆਪ ਲੋਕ ਵੀ ਨਾ ਉਤਾਰਨਾ ਕਿਉਂਕਿ ਛਿਲਕਾ ਲਾ ਅਸ਼ਰੇ ਆ ਤਾਂ ਫਿਰ ਉਹ ਕੋਨਮ ਕੋਨੇ ਕਰੇ ਲਿਓ ਨੇ ਉਹਨਾਂ ਦਾ ਕੀ ਪਕਣਾ ਤੇ ਉਹਨਾਂ ਦਾ ਕੀ ਪਿੱਛੇ ਬਾਕੀ ਬਚਣਾ ਤੇ ਕਰੇਲਿਆਂ ਦੇ ਤੁਸੀਂ ਛਿਲਕਾ ਨਹੀਂ ਲਾਣਾ ਛਿਲਕੇ ਸਮੇਤ ਤੁਸੀਂ ਕੱਟ ਕੇ ਛੋਟੇ ਛੋਟੇ ਕਰਕੇ ਜਿਸ ਤਰ੍ਹਾਂ ਦੇ ਤੁਸੀਂ ਪਸੰਦ ਕਰਦੇ ਹੋ ਇਹਦੇ ਪੀਸ ਕਰਕੇ ਤੇ ਤੁਸੀਂ ਜਿੰਨੇ ਬਣਾਣੇ ਹੋ ਉਹਨਾਂ ਬਣਾ ਕੇ ਤੇ ਕੱਢ ਕੇ ਤੇ ਰੱਖ ਲਓ ਤੇ ਬਾਕੀ ਤੁਸੀਂ ਫ੍ਰੀਜ਼ ਕਰ ਦੋ ਜਦੋਂ ਦਿਲ ਕਰੇ ਫਿਰ ਤੁਸੀਂ ਕੱਢ ਕੇ ਤੇ ਪਕਾ ਲਓ ਤੇ ਨਮਕ ਲਾ ਕੇ ਰੱਖੋ ਜਦੋਂ ਤੁਸੀਂ ਫ੍ਰੀਜ ਚ ਕਢੋ ਫ੍ਰੀਜ਼ਰ ਚ ਤੇ ਤੁਸੀਂ ਨਮਕ ਲਾ ਕੇ ਤੇ ਇਹਨਾਂ ਨੂੰ ਰੱਖ ਦਿਓ ਨਮਕ ਲਾ ਕੇ ਤੁਸੀਂ ਰੱਖ ਦੋ ਤਾਂ ਫਿਰ ਚੰਗੀ ਤਰ੍ਹਾਂ ਧੋ ਕੇ ਨਾ ਅੱਛੀ ਤਰ੍ਹਾਂ ਮਲ ਕੇ ਧੋ ਕੇ ਤੇ ਫਿਰ ਤੁਸੀਂ ਜਦੋਂ ਪੁੰਨ ਲੈਂਦੇ ਹੋ ਤੁਸੀਂ ਇਹਨਾਂ ਦੇ ਵਿੱਚ ਜਿਹੜਾ ਮੈਂ ਮਸਾਲਾ ਪੁੰਨਿਆ ਉਹਦੇ ਵਿੱਚ ਤੁਸੀਂ ਪਾ ਦੇਣਾ ਔਰ ਲਾਸਟ ਦੇ ਉੱਤੇ ਤੁਸੀਂ ਇੱਕ ਚੀਜ਼ ਹੋਰ ਪਾਣੀ ਹੈ ਅਨਾਰ ਕਿਹਾ ਤੁਹਾਨੂੰ ਕਿ ਅਨਾਰ ਦਾ ਦੱਸਣਾ ਸੀ ਤੇ ਉਹ ਨਾਰ ਦਾ ਤੁਹਾਨੂੰ ਮੈਂ ਬਾਅਦ ਚ ਦੱਸਣੀ ਆ ਤੇ ਜਿਹੜੇ ਕਰੇਲੇ ਨੇ ਨਾ ਕਰੇਲੇ ਬੜੀ ਅੱਛੀ ਚੀਜ਼ ਹੈ ਸ਼ੂਗਰ ਵਾਸਤੇ ਇਹ ਖੂਨ ਬਣਾਉਂਦੇ ਨੇ ਤੇ ਜਿਹੜੇ ਅੰਦਰ ਦੇ ਜਰਾਸੀਮ ਹੁੰਦੇ ਨੇ ਤੇ ਉਹ ਮਾਰੇ ਜਾਂਦੇ ਨੇ ਕਿਉਂਕਿ ਸੋ ਤਕਲੀਫਾਂ ਹੁੰਦੀਆਂ ਨੇ ਤੇ ਕੜਵਾਸ ਜਿਹੜੀ ਹੁੰਦੀ ਹੈ ਨਾ ਇਹ ਬੜੀ ਛੇਤੀ ਅੰਦਰ ਦੀਆਂ ਜਰਾਸੀਮ ਜਿਹੜੇ ਨੇ ਉਹ ਖਤਮ ਕਰ ਦਿੰਦੀ ਹੈ ਤੇ ਅਗਰ ਤੁਸੀਂ ਕ੍ਰੇਲੇ ਤੁਸੀਂ ਇੰਜ ਖਾਣੇ ਵੀ ਨਹੀਂ ਤੇ ਜ਼ਿਆਦਾ ਨਾ ਪੁੰਨੋ ਜ਼ਿਆਦਾ ਤੁਸੀਂ ਪੁੰਨੋਗੇ ਤੇ ਇਹਨਾਂ ਦਾ ਜਿਹੜਾ ਨਾ ਉਹ ਕੜਵਾਸ ਵੀ ਖਤਮ ਹੋ ਜਾਈਗੀ ਔਰ ਥੋੜੇ ਮਤਲਬ ਚੀੜੇ ਵੀ ਉਹ ਜਾਂਦੇ ਨੇ ਸਹਤ ਹੋ ਜਾਂਦੇ ਨੇ ਲੇਕਿਨ ਇਹਨਾਂ ਨੂੰ ਇੰਜ ਹੀ ਜਿਸ ਤਰ੍ਹਾਂ ਮੈਂ ਫਰਾਈ ਕਰਕੇ ਤੇ ਰੱਖਿਆ ਨਾ ਤੇ ਆ ਵੇਖੋ ਮੈਂ ਮਸਾਲਾ ਪੁੰਨ ਕੇ ਇਸ ਮਾਰਿਆ ਮੈਂ ਕੀਤਾ ਸੀ ਤੋ ਥੋੜੀ ਦੇਰ ਟਕਿਆ ਸੀ ਕਿ ਜਿਹੜੇ ਸਾਡੇ ਟਮਾਟਰ ਨੇ ਨਾ ਇਹ ਥੋੜੇ ਨਰਮ ਪੈ ਜਾਣ ਇਹ ਨਰਮ ਹੋਣਗੇ ਤੇ ਫਿਰ ਅੰਦਰ ਗਰੇਵੀ ਬਣ ਜਾਏਗੀ ਤੇ ਗਰੇਵੀ ਬਣ ਜਾਏਗੀ ਤੇ ਫਿਰ ਵਿੱਚ ਮੈਂ ਉਹ ਪਾਵਾਂਗੀ ਆਪਣਾ ਕਰੇਲੇ ਪਾਵਾਂਗੀ ਤੇ ਫਿਰ ਤੁਹਾਨੂੰ ਮੈਂ अनार ਦਾ ਵੀ ਦੱਸਿਆ ਕਿ ਨਾਰਦਾ ਵੀ ਤੁਹਾਨੂੰ ਮੈਂ ਦੱਸਨੀ ਆ ਕਿ ਜਿੱਦੋਂ ਹਾਂਡੀ ਬਣ ਜਾਏ ਕਰੇਲੇ ਤੁਸੀਂ ਐਡ ਕਰੋ ਵਿੱਚ ਤੇ ਥੋੜੀ ਦੇਰ ਵਾਸਤੇ ਮੈਂ ਹੋਰ ਇਹਨਾਂ ਨੂੰ ਨਾ ਰੀਦ ਇਹਨਾਂ ਨੂੰ ਨਾ ਇਹ ਪਿਆਜ਼ਾਂ ਨੂੰ আর ਟਮਾਟਰਾਂ ਨੂੰ ਥੋੜਾ ਜਿਹਾ ਹੋਰ ਬੰਦ ਕਰਕੇ ਟੱਕਨ ਤੇ ਥੋੜਾ ਜਿਹਾ ਮੈਂ নরম ਜਰਾ ਥੋੜੀ ਜਿਹੀ ਹੋ ਜਾਂਦੇ ਨੇ ਤੇ ਫਿਰ katoreਲੇ ਐਡ ਕਰਾਂਗੀ ਤੇ ਬਾਕੀ katoreਲੇ ਜਿਹੜੇ ਨੇ ਬੜੀ ਅਚੀ ਚੀਜ਼ ਐ ਮੈਂ ਪਹਿਲੇ ਵੀ ਦੱਸਿਆ ਤੁਹਾਨੂੰ ਕਿ ਤੁਸੀਂ ਇਹਨੂੰ ਕkatoreਲਿਆਂ ਨੂੰ ਤੋਂ ਨਹੀਂ ਛਿੱਲਣਾ ਕkatoreਲੇ ਛਿਲ ਛੜੇ ਤੇ ਫਿਰ ਉਹ ਤੇ ਐਵੇਂ ਰਹਿ ਜਾਂਦੇ ਨੇ ਛਿਲਕਾ ਜੀ ਇਹ ਸਾਰਾ ਜਿਹੜਾ ਮਤਲਬ ਇਹਦਾ ਜੋ ਅਸਰ ਹੁੰਦਾ ਉਹ ਇਹਦਾ ਜਿਹੜਾ ਉੱਪਰ ਵਾਲੀ ਚੀਜ਼ ਉਹਦੇ ਵਿੱਚ ਕਦੇ ਵੀ ਤੁਸੀਂ ਕarele ਛਿਲਕੇ ਨਹੀਂ ਬਣਾਣੇ ਜਦੋਂ ਬਣਾਓ ਬਸ ਕੱਟੇ ਤੋਂ ਨਮਕ ਜੇ ਅਗਰ ਤੁਸੀਂ ਉਸੇ ਟਾਈਮ ਟਾਈਮ ਪਕਾੜੇ ਨੇ ਐਨੀ ਟਾਈਮ ਤੇ ਤੁਸੀਂ ਫਿਰ ਵੀ ਤੁਸੀਂ ਨਮਕ ਪਾ ਕੇ ਤੇ 10 ਮਿੰਟਾਂ ਲਈ ਰੱਖ ਦੇਣੇ ਨੇ ਅਗਰ ਜਲਦੀ ਹੈ ਤੇ 10 ਮਿੰਟ ਕਰ ਲਓ ਨਹੀਂ ਤੇ 15-20 ਮਿੰਟ ਕਰ ਲਓ ਤੇ ਲਾ ਕੇ ਨਮਕ ਤੇ ਤੁਸੀਂ ਥੋੜੀ ਦੇਰ ਵਾਸਤੇ ਤੁਸੀਂ ਰੱਖ ਦੇਣੇ ਨੇ ਰੱਖ ਦੇਣੇ ਨੇ ਤੇ ਫਿਰ ਤੁਸੀਂ ਇਹਨਾਂ ਨੂੰ ਚੰਗੀ ਤਰ੍ਹਾਂ ਮਲ ਕੇ ਨਾ ਤੇ ਧੋ ਲੈਣੇ ਨੇ ਧੋ ਧਾ ਕੇ ਕਿਸੇ ਛਾਣਨੇ ਵਿੱਚ ਚੰਗੀ ਤਰ੍ਹਾਂ ਪਾਣੀ ਇਹਦਾ ਨਿਚੜ ਜਾਏ ਅਗਰ ਤੁਸੀਂ ਫਰਾਈ ਕਰਨੇ ਨੇ ਤੇ ਕਰ ਲੋ ਨਹੀਂ ਫਰਾਈ ਕਰਨੇ ਤੇ ਫਿਰ ਵੀ ਕੋਈ ਐਸਾ ਕਾਲ ਨਹੀਂ ਕਿਉਂ ਕਿ ਮਜ਼ਾ ਤੇ ਹੁੰਦਾ ਹੈ ਜਿਹੜੇ ਕarele ਕੌੜੇ ਹੋਣ ਨਾ ਤੇ ਮਜ਼ਾ ਉਹਨਾਂ ਦਾ ਹੀ ਹੁੰਦਾ ਹੈ ਤੇ ਬਾਕੀ ਕੁਛ ਨਹੀਂ ਵੀ ਖਾਂਦੇ ਕਿ ਚਲੋ ਜੀ ਕੇਲੇ ਕਰੇਲੇ ਜੜੇ ਨੇ ਨਾ ਇਹ ਕੌੜੇ ਨੇ ਤੇ ਜਿਸ ਤਰ੍ਹਾਂ ਮੈਂ ਹੁਣ ਮਸਾਲਾ ਪੁੰਨੇ ਹੈ ਤੇ ਇਹਦੇ ਵਿੱਚ ਮੈਂ ਹੁਣ ਕਰੇਲੇ ਪਾਏ ਨੇ ਤੇ ਕਰੇਲੇ ਪਾ ਕੇ ਫਿਰ ਥੋੜਾ ਜੈ ਇਹਨਾਂ ਨੂੰ ਮਿਕਸ ਕਰਾਂਗੇ ਮਿਕਸ ਕਰਕੇ ਤੇ ਇਹ ਜਿਹੜਾ ਆਇਲ ਹੈ ਨਾ ਹੁਣ ਹੀ ਪਾਣਾ ਕਿਉਂਕਿ ਆਇਲ ਜਿਹੜਾ ਨਾ ਕੌੜਾ ਹੋਏਗਾ ਤੇ ਇਹਨਾਂ ਨੂੰ ਮਿਕਸ ਕਰਕੇ ਤੇ ਫਿਰ ਮੈਂ ਵਿੱਚ ਤੁਹਾਨੂੰ ਨਾਰ ਦਾ ਦੱਸਣੀ ਆ ਕਿ ਨਾਰ ਵਿੱਚ ਪਾਣਾ નાર ਦੇ ਨਾਲ ਇਹ ਇਤਨਾ ਟੇਸਟੀ ਬਣਦੇ ਨੇ ਨਾ ਕਿ ਬਹੁਤ ਸੋਹਣੇ ਨਾਰ ਕਿਹਾ ਹੈ ਨਾਰ ਪਾਊਡਰ ਜਿਹੜਾ ਨਾਰ ਹੈ ਸੁੱਕਾ ਨਾਰ ਨਹੀਂ ਲਿਆਣੇ ਆ ਅਸੀਂ ਪਕੌੜੇ ਆ ਛਕੌੜੇ ਆ ਜਿਸਤਮਾਲ ਕਰਨੇ ਆ ਤੇ ਇਹ ਤੁਸੀਂ ਨਾ ਇਹਦੇ ਵਿੱਚ ਅਸੀਂ ਇਹਨੂੰ ਪੀ ਲਿਆਣ ਵੈਸੇ ਤੋਂ ਇੰਜ ਪਾਊਡਰ ਵੀ ਮਿਲਦਾ ਤੇ ਜਿਹੜਾ ਅਗਰ ਤੁਹਾਡੇ ਕੋ ਖੜਾ ਨਾਰ ਹੈ ਤੇ ਤੁਸੀਂ ਇਹਨੂੰ ਇਹਦਾ ਤੁਸੀਂ ਪੀਸ ਲੋ ਅਗਰ ਤੁਹਾਡੇ ਕੋਲ ਮਸ਼ੀਨ ਨਹੀਂ ਤੇ ਕੋਈ ਮੁਸ਼ਕਲ ਨਹੀਂ ਅਗਰ ਤੁਹਾਡੇ ਕੋਲ ਉਹ ਵੀ ਆਪਣਾ ਸਿਲਵਰਟਾਏ ਜਾਂ ਕੋਈ ਦੋਰੀਆਂ ਅੱਜ ਕੱਲ ਤੁਹਾਨੂੰ ਪਤਾ ਪੱਥਰ ਦੀਆਂ ਹਾਂ ਦੋ ਕੁੰਡੀ ਦੋਰੀ ਵੀ ਚੱਲਦੀ ਏ ਤੇ ਉਹਦੇ ਨਾਲ ਕੁੱਟ ਕੇ ਤੇ ਤੁਸੀਂ ਉਹ ਵੀ ਸ਼ਾਮਲ ਕਰ ਲਓ ਵੈਸੇ ਉਹ ਜੋ ਡਰੀ ਮਸ਼ੀਨ ਹੁੰਦੀ ਹੈ ਨਾ ਗ੍ਰਾਈਂਡਰ ਤੇ ਉਹਦੇ ਵਿੱਚ ਪੀਸ ਕੇ ਨਾ ਤੇ ਫਿਰ ਪਾਊਡਰ ਬੜਾ ਸੋਨਾ ਬਣ ਜਾਂਦਾ ਉਹ ਪੀਸ ਕੇ ਤੇ ਤੁਸੀਂ ਇਹਦੇ ਵਿੱਚ ਪਾ ਲੈਣਾ ਤੇ ਇਹ ਫਿਰ ਤੁਸੀਂ ਦੇਖਣਾ ਦੇਖੋ ਮੈਂ ਹੁਣ ਆਹ ਵੇਖੋ ਇਹ ਅਨਾਰ ਦਾ ਪਾਊਡਰ ਹੈ ਨਾਰ ਦਾ ਪਾਊਡਰ ਹੈ ਆ ਦੇਖੋ ਮੈਂ ਹੁਣ ਡਾਲ ਰਹੀ ਆ ਲੇਕਿਨ ਇਤਨਾ ਜ਼ਿਆਦਾ ਵੀ ਨਹੀਂ ਡਾਲਣਾ ਥੋੜੇ ਹੀ ਡਾਲਨੇ ਜਿੰਨੀ ਸਬਜ਼ੀ ਹੋਵੇ ਕ੍ਰੇਲੀਆਂ ਦੀ ਉਹਦੇ ਹਿਸਾਬ ਨਾਲ ਤੁਸੀਂ ਪਾਣੇ ਤੇ ਇਹ ਖੱਟੇ ਮਿੱਠੇ ਬਣ ਜਾਂਦੇ ਨੇ ਅਨਾਰ ਨਾਲ ਵੀ ਅੱਛੇ ਬਣ ਜਾਂਦੇ ਨੇ ਔਰ ਤੁਸੀਂ ਨਿੰਬੂ ਪਾ ਲੋ ਤੇ ਨਿੰਬੂਆਂ ਨਾਲ ਵੀ ਬੜਾ ਅੱਛਾ ਪੰਦਾ ਹੈ ਲੇਕਿਨ ਅਨਾਰ ਨਾਲ ਜਿਹੜਾ ਨਾ ਇਹ ਨਾਰ ਨਾਲ ਬਹੁਤ ਅੱਛਾ ਜ਼ੈਕਾ ਹੋ ਜਾਂਦਾ ਹੈ ਤੁਸੀਂ ਟ੍ਰਾਈ ਲਾਜ਼ਮ ਕਰਨਾ ਹੈ ਇਹ ਜੜੀ ਰੈਸਪੀ ਹੈ ਨਾ ਇਹ ਬਹੁਤ ਅੱਛੀ ਹੈ ਮੂੰਜੀ ਦਿਲ ਕਰਦਾ ਹੈ ਖਾਣ ਤੇ ਮਤਲਬ ਚਲੋ ਖੈ ਰੋਟੀ ਨਾਲ ਤੇ ਅੱਛੇ ਹੀ ਲੱਗਦੇ ਨੇ ਹਮੇ ਤੇ ਨਿਕਾ ਦੇ ਜਾਂਦੇ ਇਹ ਕੜਵੇ ਲੱਗਦੇ ਨੇ ਲੇਕਿਨ ਜਿੰਨੇ ਮੈਂ ਪਿਆਜ਼ ਢਾਲੇ ਦੋ ਪਿਆਜ਼ ਪਾਲੇ ਦੋ ਮੈਂ ਪਾਏ ਨੇ ਤੇ ਦੋ ਹੀ ਹਰੇ ਨਹੀਂ ਟਮਾਟਰ ਇੱਕ ਪਾਇਆ ਟਮਾਟਰ ਇੱਕ ਤੇ ਤਿੰਨ ਜਾਂ ਚਾਰ ਮਰਚਾਂ ਲੰਬੇ ਦਾ ਦੀਆਂ ਕੱਟ ਕੇ ਤੇ ਉਹ ਪਾਈਆਂ ਨੇ ਤੇ ਬਸ ਇਹ ਰੈਡੀ ਹੋ ਗਏ ਨੇ ਚਲੋ ਠੀਕ ਹੈ ਸਭ ਲੋਕ ਆਪਣਾ ਖਿਆਲ ਰੱਖੋ ਓਕੇ ਅੱਲਾਹ ਹਾਫਿਜ਼